ਮੈਂ ਡਾਕਟਰ ਪ੍ਰਦੀਪ ਸਿੰਘ ਬਤੌਰ ਬਾਗਬਾਨੀ ਵਿਕਾਸ ਅਫਸਰ ਫਿਰੋਜ਼ਪੁਰ ਵਿੱਚ ਸੇਵਾਵਾਂ ਨਿਭਾ ਰਿਹਾ ਜੀ, ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ ਵਿਖੇ। ਅਰਬੀ ਜਿਹੜੀ ਕਿ ਗਰਮੀ ਦੇ ਮੌਸਮ ਦੀ ਇੱਕ ਫਸਲ ਹੈਗੀ ਆ, ਇਹਦੇ ਵਾਸਤੇ ਆਪਾਂ ਨੂੰ 120 ਤੋਂ 150 ਸੈਂਟੀਮੀਟਰ ਸਾਰਾ ਸਾਲ ਵਰਖਾ ਦੀ ਲੋੜ ਹੁੰਦੀ ਆ। ਅਤੇ ਅਰਬੀ ਦੇ ਵਾਸਤੇ ਜਿਹੜੀ ਜ਼ਮੀਨ ਵਧੀਆ ਢੁੱਕਵੀਂ ਜ਼ਮੀਨ ਆ ਜੀ, ਉਹ ਰੇਤਲੀਆਂ ਮੈਰਾਂ ਜ਼ਮੀਨਾਂ ਵਿੱਚ ਇਹ ਅਰਬੀ ਬਹੁਤ ਵਧੀਆ ਹੁੰਦੀ ਹੈ ਜੀ। ਜੇ ਕਿ ਇਹਦਾ ਆਪਣਾ ਬਿਜਾਈ ਦੇ ਸਮੇਂ ਦੀ ਗੱਲ ਕਰੀਏ ਤਾਂ ਬਿਜਾਈ ਇਹਨਾਂ ਦੀ ਫਰਵਰੀ ਦੇ ਪਹਿਲੇ 15 ਦਿਨਾਂ ਵਿੱਚ ਹੁੰਦੀ ਹੈ ਜੀ। ਇੱਕ ਏਕੜ ਦੇ ਵਿੱਚ ਆਪਾਂ ਨੂੰ 300 ਤੋਂ 400 ਕਿਲੋ ਬੀਜ ਦੀ ਲੋੜ ਪੈਂਦੀ ਹੈਗੀ ਆ। ਅਤੇ ਜੇ ਆਪਾਂ ਬਿਜਾਈ ਦੇ ਢੰਗ ਦੀ ਗੱਲ ਕਰੀਏ ਇੱਥੇ, ਤਾਂ ਬਿਜਾਈ ਦੇ ਜਦੋਂ ਆਪਾਂ ਬਿਜਾਈ ਕਰਨੀ ਹੈ ਜੀ, ਉਸ ਤੋਂ ਪਹਿਲਾਂ ਆਪਾਂ 3-4 ਵਾਰੀ ਖੇਤ ਨੂੰ ਚੰਗੀ ਤਰ੍ਹਾਂ ਵਾਹ ਲੈਣਾ ਹੈਗਾ। ਉਸ ਤੋਂ ਬਾਅਦ ਉਹਨੂੰ ਮਤਲਬ ਉਹਨੂੰ ਲੈਵਲ ਕਰਕੇ, ਅਤੇ ਆਪਾਂ ਜੇ ਵੱਟਾਂ ਬਣਾ ਕੇ ਲਾਉਣੀ ਆ ਤਾਂ ਵੱਟਾਂ ਬਣਾ ਕੇ ਲਾ ਸਕਦੇ ਹਾਂ ਜੀ। ਜੇ ਬੈੱਡ ਬਣਾ ਕੇ ਲਾਉਣੀ ਆ ਤਾਂ ਬੈੱਡਾਂ ਦੇ ਉੱਤੇ ਲਾ ਸਕਦੇ ਹਾਂ। ਅਤੇ ਜਦੋਂ ਆਪਾਂ ਅਰਬੀ ਦੀ ਜਿਹੜੀ ਸੀਡ ਜਿਹੜਾ ਜਾਂ ਬੀਜ ਕਹਿ ਦਈਏ, ਉਹਦੀ ਜਿਹੜੀ ਆਪਾਂ ਜਦੋਂ ਉਹਨੂੰ ਲਾਉਣਾ ਜੀ, ਉਹਦੀ 6 ਤੋਂ 7.5 ਸੈਂਟੀਮੀਟਰ ਡੰਘਾਈ ਤੱਕ ਆਪਾਂ ਉਹਨੂੰ ਲਾਉਣਾ ਹੈਗਾ। ਜੇ ਆਪਾਂ ਕਤਾਰ ਤੋਂ ਕਤਾਰ ਜੇ ਆਪਾਂ ਇਹਦਾ ਫਾਸਲਾ ਵੇਖੀਏ ਤਾਂ ਉਹ ਆਪਾਂ 40 ਤੋਂ 20 ਸੈਂਟੀਮੀਟਰ ਆਪਾਂ ਇਹ ਫਾਸਲਾ ਰੱਖਣਾ ਹੈਗਾ। ਉਸ ਤੋਂ ਬਾਅਦ ਆਪਾਂ ਜੇ ਆਪਣਾ ਖਾਦਾਂ ਦੀ ਗੱਲ ਕਰੀਏ ਤਾਂ ਖਾਦਾਂ ਦੇ ਵਿੱਚ ਆਪਾਂ ਸਾਰਿਆਂ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਉਹਦੇ ਵਿੱਚ 10 ਤੋਂ 15 ਟਨ ਗਲੀ ਸੜੀ ਸੁੱਕੀ ਰੂੜੀ ਪਾਉਣੀ ਹੈ ਜੀ। ਉਸ ਤੋਂ ਬਾਅਦ ਜਦੋਂ ਆਪਾਂ ਬਿਜਾਈ ਸ਼ੁਰੂ ਕਰਨ ਮਤਲਬ ਬਿਜਾਈ ਕਰਨ ਤੋਂ ਬਾਅਦ ਆਪਾਂ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ 40 ਕਿਲੋ ਨਾਈਟ੍ਰੋਜਨ, 20 ਕਿਲੋ ਪੋਟਾਸ਼ ਅਤੇ 20 ਕਿਲੋ ਹੀ ਆਪਾਂ ਨੂੰ ਫਾਸਫੋਰਸ ਦੀ ਲੋੜ ਪੈਂਦੀ ਹੈਗੀ ਆ। ਅਤੇ ਜਿਹੜੀ ਆਪਾਂ ਕਿ ਸਾਰਿਆਂ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਜਿਹੜੀ ਨਾਈਟ੍ਰੋਜਨ ਆ ਉਹ ਆਪਾਂ ਅੱਧੀ ਪਾਉਣੀ ਹੈ ਜੀ, ਅਤੇ ਅੱਧੀ ਨਾਈਟ੍ਰੋਜਨ ਜਾਣੀ ਕਿ 20 ਕਿਲੋ, ਉਹਦੇ ਨਾਲ ਪੂਰੀ 20 ਕਿਲੋ ਆਪਾਂ ਪੋਟਾਸ਼ ਅਤੇ ਫਾਸਫੋਰਸ ਇੱਕ ਉਸੇ ਟਾਈਮ ਪਾ ਦੇਣੀ ਹੈ ਜੀ। ਜਿਹੜੀ ਅੱਧੀ ਨਾਈਟ੍ਰੋਜਨ ਰਹਿ ਗਈ ਆਪਣੀ ਪਾਉਣ ਵਾਲੀ 20 ਕਿਲੋ, ਉਹ ਆਪਾਂ 30 ਤੋਂ 35 ਦਿਨਾਂ ਬਾਅਦ ਉਹ ਪਾਉਣੀ ਹੈਗੀ ਆ, ਜਦੋਂ ਕਿ ਇੱਕ ਚੰਗਾ ਫਟਾਰਾ ਆ ਜਾਵੇ। ਜੇ ਆਪਾਂ ਸਿੰਚਾਈ ਬਾਰੇ ਗੱਲ ਕਰੀਏ ਤਾਂ ਸਿੰਚਾਈ ਇਹਦੇ ਵਿੱਚ ਆਪਾਂ ਨੂੰ ਗਰਮੀਆਂ ਦੇ ਵਿੱਚ 3-4 ਪਾਣੀਆਂ ਦੀ ਲੋੜ ਹੁੰਦੀ ਹੈ ਜੀ। ਜੇ ਬਰਸਾਤਾਂ ਦੇ ਵਿੱਚ ਆਪਾਂ ਨੂੰ ਪਾਣੀ ਦੀ ਕੋਈ ਖਾਸ ਲੋੜ ਨਹੀਂ ਪੈਂਦੀ ਗੀ। ਜੇ ਆਪਾਂ ਇਕੱਠਾ ਫਟਾਰਾ ਲੈਣਾ ਹੈਗਾ ਆਪਾਂ ਅਰਬੀ ਦਾ, ਅਤੇ ਆਪਾਂ ਨੂੰ ਕਿ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਮਤਲਬ ਤੁਰੰਤ ਪਾਣੀ ਦੀ ਲੋੜ ਪੈਂਦੀ ਹੈਗੀ ਆ, ਅਤੇ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਦਿਓ ਅਰਬੀ ਵਾਸਤੇ। ਮੇਰਾ ਨਾਂ ਹਰਦੀਪ ਸਿੰਘ, ਪਿੰਡ ਬਾਰੇਕੇ, ਜ਼ਿਲ੍ਹਾ ਫਿਰੋਜ਼ਪੁਰ। ਆ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਵੇਖਦੇ ਪਏ ਉਹ ਸਾਰੀ ਹੈਗੀ ਅਰਬੀ ਦੀ ਫਸਲ। ਇਹ ਅਰਬੀ ਦੀ ਫਸਲ ਫਰਵਰੀ ਦੇ ਵਿੱਚ ਲੱਗਦੀ ਆ, ਅਤੇ ਇਹ ਜਿਵੇਂ ਹੁਣ ਜੂਨ ਜੁਲਾਈ ਦੇ ਵਿੱਚ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਆ, ਜਿਵੇਂ ਹੁਣ ਮੌਜੂਦਾ ਪਟਾਈ ਚੱਲਦੀ ਪਈ ਆ, ਪਰ ਅਸੀਂ ਇਹ ਵਾਲੀ ਜਿਹੜੀ ਦੇਖਦੇ ਪਏ ਹੋ ਇਹ ਸਾਰੀ ਅਸੀਂ ਬੀ ਵਾਸਤੇ ਖਿਲਾਰੀ ਹੋਈ ਆ। ਜੇ ਕਹਿ ਦਈਏ ਅਰਬੀ ਦੇ ਲਾਉਣ ਦਾ ਤਰੀਕਾ, ਜਿਵੇਂ ਆਲੂਆਂ ਤਰ੍ਹਾਂ, ਜਿਵੇਂ ਆਪਾਂ ਪੈਲੀ ਬਣਾਈ ਦੀ ਆਲੂ ਤਰ੍ਹਾਂ ਜਿਵੇਂ ਪੈਲੀ ਵਾਹਵਾ ਵਾਹੁਣੀ ਪੈਂਦੀ ਆ, ਉੱਦਾਂ ਹੀ ਅਰਬੀ ਦੀ ਬਣਾਉਣੀ ਪੈਂਦੀ ਆ। ਸਿਰਫ ਇਹਦੇ 'ਚ ਅੰਤਰ ਕੀ ਆ, ਜਿਹੜੀ ਆਲੂਆਂ ਦੀ ਆ ਉਹ ਸਾਰੀ ਆ ਆਟੋਮੈਟਿਕ ਮਸ਼ੀਨਾਂ ਨਾਲ ਆਪਣੇ ਆਪ ਬਿਜਾਈ ਹੋ ਜਾਂਦੀ ਆ, ਇਹਦੀ ਕਿਵੇਂ ਆ ਇਹ ਸਾਰੀ ਮੈਨੂਅਲ ਹੁੰਦੀ ਆ। ਖੇਲਾਂ ਪਾਉਣ ਤੋਂ ਬਾਅਦ ਰੰਬੇ ਦੇ ਨਾਲ ਟੋਏ ਮਾਰ ਕੇ ਫਿਰ ਪਿੱਛੇ ਲੇਬਰ ਵਾਲੇ ਚੱਲਦੇ ਆ, ਉਹ ਝੋਲੀਆਂ ਪਾ ਕੇ ਜਿਵੇਂ ਆਪਣੀ ਰੇਹ ਪਾਉਣ ਵਾਲੀ ਝੋਲੀ ਹੁੰਦੀ ਆ, ਝੋਲੀ ਦੇ ਵਿੱਚ ਬੀਜ ਪਾਇਆ ਹੁੰਦਾ, ਬੀਜ ਸਾਰੇ ਉਹ ਟੋਏ ਦੇ ਵਿੱਚ ਸੁੱਟਦੇ ਜਾਂਦੇ ਆ। ਪਿੱਛੋਂ ਹੀ ਇੱਕ ਲੇਡੀ ਉਹ ਵਰਕਰ ਹੋਰ ਆਉਂਦੇ ਆ, ਉਹ ਟੋਏ ਦੇ ਵਿੱਚ ਅਰਬੀ ਰੱਖ ਕੇ ਸਹੀ ਪੁਜੀਸ਼ਨ ਦੀ ਜਿਹੜੀ ਇਹਦਾ ਜਿਵੇਂ ਕਹਿ ਲਓ ਸਿਰਾ ਜਿਹੜਾ ਇਹਦਾ ਇਹ ਉਤਲੇ ਬੰਨੇ ਕਰੀਦਾ ਕਰਕੇ, ਅਤੇ ਉਸ ਤੋਂ ਬਾਅਦ ਮਿੱਟੀ ਪਾ ਕੇ ਅਤੇ ਇੱਦਾਂ ਇੱਦਾਂ ਲੱਗੇ ਜਾਂਦੇ ਆ। ਉਸ ਤੋਂ ਬਾਅਦ ਜਦੋਂ ਇਹ ਥੋੜ੍ਹੀ ਜਿਹੀ ਵੱਡੀ ਹੁੰਦੀ ਆ ਫਿਰ ਇਹਦੀਆਂ ਗੋਡੀਆਂ ਸਟਾਰਟ ਹੋ ਜਾਂਦੀਆਂ। ਅਰਬੀ ਨੂੰ 3 ਗੋਡੀਆਂ ਪੈਂਦੀਆਂ, 3 ਗੋਡੀਆਂ ਪਾਉਣ ਦਾ ਮਕਸਦ ਕੀ ਆ, ਇੱਕ ਤਾਂ ਨਦੀਨ ਖਤਮ ਹੋ ਜਾਂਦਾ, ਦੂਜੀ ਗੱਲ ਇਹ ਆ
ਕਿ ਜਿਹੜੀ ਇਹ ਲੱਗਦੀ ਆ ਪਹਿਲਾਂ ਇੱਕ ਸਾਈਡ 'ਤੇ, ਉਸ ਤੋਂ ਬਾਅਦ ਇਹਨੂੰ ਸੈਂਟਰ ਵਿੱਚ ਕਰਨਾ ਹੁੰਦਾ। ਸੈਂਟਰ ਵਿੱਚ ਕਰਨ ਤੋਂ ਬਾਅਦ ਇਹਨੂੰ ਜਦੋਂ ਮੰਨ ਕੇ ਚੱਲੋ ਹੋ ਗਈ ਕੋਈ ਡੇਢ ਡੇਢ ਦੋ ਦੋ ਫੁੱਟ ਦੀ ਹੋ ਗਈ, ਉਸ ਤੋਂ ਬਾਅਦ ਇਹਨੂੰ ਮਿੱਟੀ ਲਾਉਣੀ ਪੈਂਦੀ ਆ। ਜਿਹੜੀ ਮਿੱਟੀ ਆ ਉਹ ਲੱਗਦੀ ਆ ਟਰੈਕਟਰਾਂ ਦੇ ਨਾਲ, ਟਰੈਕਟਰ ਦੇ ਨਾਲ ਸਾਰੀ ਇਹਨੂੰ ਮਿੱਟੀ ਲੱਗਣੀ ਆ। ਮਿੱਟੀ ਲੱਗਣ ਤੋਂ ਬਾਅਦ ਸਾਰਾ ਕੁਛ ਹੋ ਜਾਂਦਾ, ਉਸ ਤੋਂ ਬਾਅਦ ਕਰ ਕਰਾ ਕੇ ਸਿਰਫ ਇਹਦੇ ਵਿੱਚ ਕੀ ਆ, ਇਹ ਜਿਹੜੀ ਅਰਬੀ ਦੀ ਫਸਲ ਆ ਬੜੀ ਹੀ ਵਧੀਆ ਹੈ। ਕਾਰਨ ਕੀ ਆ, ਜਿਹੜੀ ਸਭ ਤੋਂ ਘੱਟ ਇਹਨੂੰ ਰੇਹ ਹੁੰਦੀ ਆ, ਰੇਹ ਸਪਰੇਅ ਸਭ ਤੋਂ ਘੱਟ ਪੈਂਦੀ ਇਹਨੂੰ। ਜੇ ਕਹਿ ਦਈਏ ਸਪਰੇਅ, ਸਿਰਫ ਇਹਨੂੰ ਇੱਕ ਸਪਰੇਅ ਹੁੰਦੀ ਆ, ਉਹ ਵੀ ਸੁੰਡੀ ਦੀ, ਇਹਨੂੰ ਸਪਰੇਅ ਹੋਣੀ, ਹੋਰ ਕੋਈ ਇਹਦੇ 'ਤੇ ਕੀੜਾ ਪਤੰਗਾ ਜਿਵੇਂ ਕਹਿ ਲਓ ਕੋਈ ਕੀਟਨਾਸ਼ਕ ਸਪਰੇਅ ਕੋਈ ਨਹੀਂ ਹੁੰਦੀ ਇਹਦੇ 'ਚ, ਨਾ ਕੋਈ ਨਦੀਨ ਵਾਲੀ ਹੁੰਦੀ ਹੈ ਨਾ ਕੋਈ ਕੁਛ। ਤੋ ਉਹਦੇ ਹਿਸਾਬ 'ਤੇ ਆਪਾਂ ਜੇ ਵੇਖੀ ਜਾਈਏ ਸਭ ਤੋਂ ਵਧੀਆ ਇਹ ਫਸਲ ਆ, ਕਿਉਂਕਿ ਇਹਦੇ 'ਚ ਕੋਈ ਦਵਾਈ ਖਾਦ ਹੋਣੀ ਨਹੀਂ ਤਾਂ ਫਿਰ ਆਪੇ ਵਧੀਆ। ਇਸ ਤੋਂ ਬਾਅਦ ਜਦੋਂ ਇਹ ਹੋ ਜਾਂਦੀ ਆ, ਮੰਨ ਕੇ ਚੱਲੋ ਜੂਨ ਜੁਲਾਈ 'ਚ ਆ ਕੇ ਇਹਦੀ ਪਟਾਈ ਸ਼ੁਰੂ ਹੋ ਜਾਂਦੀ ਆ, ਜਿਵੇਂ ਪਟਾਈ ਕਰਦੇ ਕਰਦੇ ਜਿਵੇਂ ਪਟਾਈ ਵੀ ਇਹ ਹੱਥਾਂ ਨਾਲ ਹੀ ਹੁੰਦੀ ਆ, ਕੋਈ ਇਹਦੇ 'ਚ ਮਸ਼ੀਨਰੀ ਨਹੀਂ, ਤਾਂ ਕਰਕੇ ਇਹਦੇ 'ਚ ਖਰਚਾ ਬਹੁਤ ਆ। ਜੇ ਮਾਰਕੀਟ ਦਾ ਰੇਟ ਮਿਲੇ ਤਾਂ ਹੀ ਇਹਦੇ 'ਚ ਕੁਛ ਬਚਦਾ, ਅਦਰਵਾਈਜ਼ ਇਹਦੇ 'ਚ ਖਰਚਾ ਬਹੁਤ ਆ, ਕਿਉਂਕਿ ਹਰੇਕ ਚੀਜ਼ ਲੇਬਰ 'ਤੇ ਆ, ਪਟਾਈ ਵੀ ਲੇਬਰ 'ਤੇ ਆ, ਪਟਾਈ ਕਰਦੇ ਆ ਕਈਆਂ ਦੇ ਨਾਲ ਪਟਾਈ ਕਰਕੇ, ਫਿਰ ਜਿਵੇਂ ਇੱਕ ਮੁੱਢ ਆਉਂਦਾ ਨਾ, ਜਿਵੇਂ ਐਡਾ ਮੁੱਢ ਆ ਜਾਂਦਾ, ਉਹਦੇ ਵਿੱਚ ਵਿਚਕਾਰ ਹੁੰਦਾ ਕਚਾਲੂ, ਕਚਾਲੂ ਦੇ ਆਸੇ ਪਾਸੇ ਸਾਰੀ ਅਰਬੀ ਹੁੰਦੀ ਆ, ਉਹ ਹੁੰਦੀਆਂ ਨਾਲ ਜਿਹੜਾ ਉਹਦੀਆਂ ਰੂਟਸ ਹੁੰਦੀਆਂ, ਰੂਟਸ ਨੇ ਉਹ ਆਪਣਾ ਕਈ ਦਿਨਾਂ ਪੱਟ ਲਈ ਦੀ ਆ, ਰੱਖਣ ਤੋਂ ਜਦੋਂ ਪੱਟਦੇ ਆ ਉਸ ਤੋਂ ਬਾਅਦ ਉਹ ਇਕੱਠਾ ਇੱਕ ਢੇਰ ਲਾ ਲੈਂਦੇ ਆ, ਢੇਰ ਲਾ ਕੇ ਉਸ ਤੋਂ ਬਾਅਦ ਉਹ ਇੱਕ ਇੱਕ ਗੰਢੀ ਉਹਦੇ ਨਾਲ ਉਹ ਤੋੜਦੇ ਆ। ਜਿਹੜਾ ਵਿਚਕਾਰਲਾ ਮੁੱਢ ਹੁੰਦਾ ਉਹਨੂੰ ਕਚਾਲੂ ਕਹਿ ਦਿੰਦੇ ਆ, ਉਹ ਕਚਾਲੂ ਜਿਵੇਂ ਇੱਥੋਂ ਲੇਬਰ ਆ ਜਾਂਦੀ, ਉਹ ਆਪਦਾ ਕਚਾਲੂ ਬਣਾ ਕੇ ਪੈਕ ਕਰਕੇ ਜਿਵੇਂ ਮਾਰਕੀਟ 'ਚ ਲੈ ਜਾਂਦੇ, ਜਿਵੇਂ ਅੰਮ੍ਰਿਤਸਰ ਦੀ ਮਾਰਕੀਟ 'ਚ ਸਭ ਤੋਂ ਜ਼ਿਆਦਾ ਕਚਾਲੂ ਵਿਕਦਾ, ਗੱਡੀਆਂ ਆਉਂਦੀਆਂ ਨੇ ਕਚਾਲੂ ਵਾਲੇ ਲੇਬਰ ਤੋਂ ਕਚਾਲੂ ਚੱਕ ਕੇ ਲਈ ਜਾਂਦੇ ਆ। ਅਰਬੀ ਹੈ ਜਿਹੜੀ, ਅਰਬੀ ਦੀ ਡਿੱਗ ਬਣੇ ਹੋਏ ਆ ਫਿਰੋਜ਼ਪੁਰ ਦੇ ਵਿੱਚ, ਉੱਥੇ ਉਹਦੀ ਧਵਾਈ ਚੱਲਦੀ ਆ, ਟਰਾਲੀ ਸਣੇ ਗੱਟਾ ਲੱਗ ਜਾਂਦਾ, ਗੱਟਾ ਜਿਹੜਾ ਉਹਦੇ ਵਿੱਚ ਮਸ਼ੀਨ 'ਚ ਪਲਟਿਆ ਜਾਂਦਾ, ਜਿਵੇਂ ਗਾਜਰ ਧੋਣ ਵਾਲੀ ਮਸ਼ੀਨ ਜਿਹੜੀ ਹੁੰਦੀ ਆ ਉਹਦੇ ਵਿੱਚ ਹੀ ਅਰਬੀ ਧਵਿੰਦੀ ਆ, ਟਰਾਲੀ ਬੈਗ ਲੱਗ ਜਾਂਦੀ ਆ, ਗੱਟਾ ਜਿਹੜਾ ਉਹਦੇ ਵਿੱਚ ਪਲਟੇ ਆਪਣੇ ਆਪ ਜਿਹੜੀ ਉਹ ਮਸ਼ੀਨ ਘੁੰਮਦੀ ਰਹਿੰਦੀ, ਨਾਲ ਪਾਣੀ ਚੱਲਦਾ ਰਹਿੰਦਾ, ਆਪਣੇ ਆਪ ਧਵੀਜ ਕੇ ਉਹ ਬਾਹਰ ਆ ਜਾਂਦੀ ਆ। ਫਿਰ ਉਹ ਅਲੱਗ ਅਲੱਗ ਜਿਵੇਂ ਕਹਿ ਲਓ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਉੱਥੋਂ ਧਵੀਜ ਕੇ ਆਪਣਾ ਗੱਡੀਆਂ 'ਚ ਲੋਡ ਹੋ ਕੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾਂਦੀ ਆ, ਜਿਹੜੀ ਆਪਾਂ ਖਾਂਦੇ ਹਾਂ। ਮੇਰਾ ਨਾਂ ਜਸਵੀਰ ਸਿੰਘ ਹੈ, ਪਿੰਡ ਮੇਰਾ ਬਾਰੇ ਕੇ ਸੈਨੀ ਵਾਲੇ ਬਾਰਡਰ 'ਤੇ, ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਜੀ। ਇਹਦੀ ਅਰਬੀ ਦੀ ਫਸਲ ਦੀ ਬਿਜਾਈ ਆਲਵਾਂ ਦੀ ਪਟਾਈ ਤੋਂ ਬਾਅਦ 'ਚ ਕੀਤੀ ਜਾਂਦੀ ਹੈ, ਫਰਵਰੀ ਤੋਂ ਪਹਿਲੇ ਹਫ਼ਤੇ ਤੋਂ ਲੈ ਕੇ ਸਾਰਾ ਮਾਰਚ ਦੇ ਹਫ਼ਤੇ ਤੱਕ ਕੀਤੀ ਜਾਂਦੀ ਹੈ ਪਟਾਈ। ਜਾਂਦੀ ਇਹਨੂੰ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਬਣਾਉਣਾ ਪੈਂਦਾ, ਜਿਵੇਂ ਆਲੂਆਂ ਦੀ ਫਸਲ ਲਾਉਣ ਲੱਗੇ ਆਪਾਂ ਖੇਤ ਨੂੰ ਤਿਆਰ ਕਰਨੇ, ਐਵੇਂ ਖੇਤ ਨੂੰ ਤਿਆਰ ਕਰਨਾ ਪੈਂਦਾ, ਫਿਰ ਇਹਦੀਆਂ ਖੇਲਾਂ ਕੱਢ ਕੇ ਫਿਰ ਇਹਦੇ 'ਤੇ ਲੇਬਰ ਲਾ ਦੀ, ਇਹਨੂੰ ਅਰਬੀ ਨੂੰ ਟੱਪੇ ਲਾ ਕੇ, ਰੰਬੇ ਦੇ ਨਾਲ ਟੱਪੇ ਲਾ ਕੇ ਫਿਰ ਬੀਜ ਖੇਲ 'ਚ ਸੱਟ ਕੇ ਲੇਬਰ ਇਹਨੂੰ ਨੱਪਦੀ, ਇੱਕ ਇੱਕ ਬੀਜ ਨੂੰ ਇੱਕ ਇੱਕ ਬੀਜ ਨੂੰ ਨੱਪਣਾ ਪੈਂਦਾ। ਇਹਦਾ ਜਿਹੜਾ ਉੱਪਰਲਾ ਸਿਰਾ ਹੁੰਦਾ ਜਿੱਧਰੋਂ ਇਹਨੇ ਫੋਟ ਕਰਨੀ, ਉਹਨੂੰ ਉੱਪਰ ਕਰਨਾ ਪੈਂਦਾ ਤਾਂ ਜਾ ਕੇ ਉੱਗਦੀ, ਨਹੀਂ ਤਾਂ ਲੇਟ ਉੱਗਦੀ ਹੈ। ਲਾਉਣ ਤੋਂ ਬਾਅਦ ਇਹਨੂੰ ਪਾਣੀ ਲਾਉਣਾ, ਪਾਣੀ ਲਾਈਦਾ, ਦੂਸਰੇ ਦਿਨ ਹੀ ਪਾਣੀ ਲਾ ਦੇਣਾ ਇਹਨੂੰ ਲਾਉਣ ਤੋਂ ਬਾਅਦ ਹੀ, ਅਤੇ ਫਿਰ ਇਹਨੂੰ ਜਦੋਂ ਉੱਗ ਪੈਂਦੀ ਹੈ, ਉੱਗਣ ਤੋਂ ਪਹਿਲਾਂ ਇਹਨੂੰ ਕੋਈ ਨਦੀਨ ਨਾਸ਼ਕ ਸਪਰੇਅ ਇਹਦੇ 'ਤੇ ਕਰ ਦੀ ਦੀ, ਉੱਗਣ ਤੋਂ ਬਾਅਦ ਇਹਨੂੰ ਨਦੀਨ ਵਾਸਤੇ 3 ਗੋਡੀਆਂ ਕੀਤੀਆਂ ਜਾਂਦੀਆਂ ਨੇ, ਇਹਨੂੰ 3 ਗੋਡੀਆਂ ਹੁੰਦੀਆਂ ਨੇ। 3 ਗੋਡੀਆਂ ਤੋਂ ਬਾਅਦ ਇਹਨੂੰ ਅਪ੍ਰੈਲ ਮਈ 'ਚ ਜਾ ਕੇ ਇਹਨੂੰ ਮਿੱਟੀ ਲੱਗਦੀ ਹੈ, ਇਹਨੂੰ ਮਿੱਟੀ ਲਾਈ ਜਾਂਦੀ ਪ੍ਰੋਪਰ ਟਰੈਕਟਰ ਨਾਲ, ਕੋਈ ਟਰੈਕਟਰ ਨਾਲ ਲਾ ਲੈਂਦਾ, ਕੋਈ ਲੇਬਰ ਨਾਲ ਲਾ ਲੈਂਦਾ, ਜਿਵੇਂ ਕਿਸੇ ਨੂੰ ਸੈੱਟ ਬੈਠਦਾ ਉਵੇਂ ਲਾ ਲੈਂਦਾ ਇਹਨੂੰ ਮਿੱਟੀ। ਪਰ ਇਹਦੇ 'ਤੇ ਪ੍ਰੋਪਰ ਇਹਦੇ 'ਤੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ, ਇਹਦਾ ਲੇਬਰ ਦਾ ਖਰਚਾ ਬਹੁਤ ਹੈ, ਗੋਡੀ ਦਾ ਖਰਚਾ ਬਹੁਤ ਹੈ ਇਹਦੇ 'ਤੇ। ਇਹਦੇ ਦਾ ਬੀਜ ਇਹਦਾ ਵੀ ਬਹੁਤ ਮਹਿੰਗਾ ਹੁੰਦਾ, ਬੀਜ 30 ਰੁਪਏ ਤੋਂ ਲਾ ਕੇ 50 ਰੁਪਏ ਤੱਕ ਇਹਦਾ ਉਦੋਂ ਬੀਜ ਮਿਲਦਾ ਜ਼ਿਮੀਂਦਾਰ ਨੂੰ।
ਕਿਸੇ ਟਾਈਮ ਇਹਦਾ ਬੀਜ ਸਸਤਾ ਹੁੰਦਾ ਇਹਦੇ, ਪਰ ਪਿਛੇ ਸੀਜ਼ਨ 'ਚ ਬਹੁਤ ਮਹਿੰਗਾ ਬੀਜ ਜ਼ਿਮੀਂਦਾਰ ਨੂੰ ਇਹਦਾ ਮਿਲਿਆ ਹੈ। ਜੂਨ ਜੁਲਾਈ 'ਚ ਜਾ ਕੇ ਇਹਦੀ ਪਟਾਈ ਤਿਆਰ ਹੋ ਜਾਂਦੀ ਪੱਟਣ ਵਾਸਤੇ। ਪਟਾਈ ਤੋਂ ਬਾਅਦ ਇਹਦੇ 'ਤੇ ਆਪਾਂ ਥੋੜ੍ਹੇ ਟਾਈਮ ਵਿੱਚ ਜਿਹੜਾ ਝੋਨਾ ਲੱਗਦਾ ਜਿਵੇਂ 1509 1126 1692 ਦੀ ਬਿਜਾਈ ਕਰ ਸਕਦੇ ਹਾਂ ਝੋਨੇ ਦੀ, ਜੋ ਛੇਤੀ ਤਿਆਰ ਹੋ ਜਾਂਦਾ ਹੈ ਇਹਦੀ। ਹੁਣ ਆਪਾਂ ਇਹਦਾ ਇਸ ਤੋਂ ਬਾਅਦ ਪਟਾਈ ਤੋਂ ਬਾਅਦ ਇਹਦਾ ਬੀਜ ਐਵੇਂ ਹੀ ਖੜ੍ਹਾ ਰਹਿਣ ਦਿਆਂਗੇ। ਇਹਦੀ ਜਾ ਕੇ ਬੀਜ ਦੀ ਪਟਾਈ ਦਸੰਬਰ, ਆਪਾਂ ਖੇਤ ਵਿੱਚ ਹੀ ਖੜ੍ਹਾ ਰਹੇਗਾ ਸਾਰਾ ਸਾਲ। ਦਸੰਬਰ ਜਨਵਰੀ 'ਚ ਜਾ ਕੇ ਆਪਾਂ ਇਹਦੀ ਪਟਾਈ ਕਰਾਂਗੇ ਬੀਜ ਦੀ। ਬੀਜ ਦੀ ਫਿਰ ਮਹੀਨਾ ਕੁ ਪਿਆ ਰਹਿੰਦਾ, ਆਪਾਂ ਇਹਨੂੰ ਡੰਪ ਕਰਕੇ ਘਰ ਰੱਖ ਸਕਦੇ ਹਾਂ। ਮਹੀਨੇ ਮਹੀਨੇ ਡੇਢ ਮਹੀਨੇ ਬਾਅਦ ਇਹਨੂੰ ਫਿਰ ਆਪਾਂ ਜਾ ਕੇ ਉਵੇਂ ਹੀ ਲਾ ਲੈਂਦੇ ਹਾਂ। ਇਹਦਾ ਕੋਈ ਸਟੋਰ 'ਚ ਸਟੋਰ ਇਹਨੂੰ ਨਹੀਂ ਰੱਖਣਾ ਪੈਂਦਾ, ਇਹਨੂੰ ਆਪਾਂ ਐਵੇਂ ਘਰ ਰੱਖ ਕੇ ਉੱਪਰ ਪਰਾਲੀ ਪਾ ਦਿੱਤੀ ਜਾਂ ਹੋਰ ਕੁਛ ਪਾ ਤਾ, ਬਸ ਇਹਨੂੰ ਐਵੇਂ ਰੱਖ ਦੀਦਾ। ਪਟਾਈ ਤੱਕ ਕਰਵੀ ਦਾ 70 ਤੋਂ 75 ਹਜ਼ਾਰ ਜ਼ਿਮੀਂਦਾਰ ਦਾ ਖਰਚਾ ਹੋ ਜਾਂਦਾ ਹੈ। ਸਾਲ ਨਹੀਂ ਮਿਲਿਆ, ਐਤਕੀ ਰੇਟ ਇਹਦਾ ਬਹੁਤ ਵਧੀਆ ਸੀ, ਜ਼ਿਮੀਂਦਾਰਾਂ ਨੂੰ ਬਹੁਤ ਫਾਇਦਾਮੰਦ ਫਾਇਦਾ ਹੋਇਆ ਹੈ। ਅਰਬੀ ਦੀ ਫਸਲ ਦੇ ਲਈ ਗੋਡੀ ਕਰਨੀ ਬਹੁਤ ਜ਼ਰੂਰੀ ਹੈ ਜੀ। ਆਪਾਂ ਨੂੰ 2 ਜਾਂ 3 ਵਾਰੀ ਗੋਡੀ ਕਰਨੀ ਪੈਂਦੀ ਹੈਗੀ ਅਰਬੀ ਦੀ ਫਸਲ ਦੇ ਵਿੱਚ, ਆ ਨਦੀਨਾਂ ਨੂੰ ਰੋਕਣ ਲਈ। ਅਤੇ ਨਾਲ ਜਦੋਂ ਆਪਾਂ ਗੋਡੀ ਕਰਨੀ ਹੈਗੀ ਆ ਅਤੇ ਨਾਲ ਨਾਲ ਆਪਾਂ ਅਰਬੀ ਨੂੰ ਮਿੱਟੀ ਵੀ ਚੜ੍ਹਾਈ ਜਾਣੀ ਹੈਗੀ ਆ। ਮਿੱਟੀ ਚੜ੍ਹਾਉਣ ਦਾ ਮਕਸਦ ਇਹ ਹੁੰਦਾ ਜੀ ਜਿਹੜਾ ਕਿ ਸਿੱਧਾ ਪਾਣੀ ਅਰਬੀ ਦੀਆਂ ਮੁੱਢ ਨੂੰ ਨਾ ਲੱਗੇ, ਤਾਂ ਕਰਕੇ ਆਪਾਂ ਨੂੰ ਮਿੱਟੀ ਚੜ੍ਹਾਉਣੀ ਜ਼ਰੂਰੀ ਹੈਗੀ ਆ। ਫਿਰ ਉਸ ਤੋਂ ਬਾਅਦ ਇਹਦੀ ਕੀ ਕਹਿੰਦੇ ਹੁੰਦੇ ਆ ਪਟਾਈ ਦੀ ਗੱਲ ਕਰੀਏ ਤਾਂ ਪਟਾਈ ਇਹ ਤਕਰੀਬਨ ਅਰਬੀ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਅਰਬੀ ਤਿਆਰ ਹੋ ਜਾਂਦੀ ਹੈ ਜੀ। ਇਹਦੀ ਫਿਰ ਪਟਾਈ ਕੀਤੀ ਜਾਂਦੀ ਹੈ ਜਦੋਂ ਅਰਬੀ ਦੇ ਜਿਹੜੇ ਪੱਤੇ ਹੁੰਦੇ ਆ ਉਹ ਪੀਲੇ ਹੋ ਜਾਂਦੇ ਆ, ਉਹਦੇ ਦੀ ਪਟਾਈ ਸ਼ੁਰੂ ਕਰ ਦਈਦੀ ਆ। ਅਤੇ ਜਿਹੜੀ ਇਹਦੀ ਪਟਾਈ ਹੈਗੀ ਆ ਜਾਂ ਤਾਂ ਆਪਣਾ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜੀ, ਜੇ ਜ਼ਿਆਦਾਤਰ ਤਾਂ ਹੱਥਾਂ ਨਾਲ ਕੀਤੀ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਕਿ ਆਪਣਾ ਸਾਹ ਸੰਭਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਅਰਬੀ ਹੈਗੀ ਆ ਉਹਨੂੰ ਜਿਹੜੀ ਕਿ ਆਪਾਂ ਮੰਡੀ ਕਰਨ ਵਾਸਤੇ ਉਹਨੂੰ ਵੱਖਰਾ ਕੱਢਿਆ ਜਾਂਦਾ ਜੀ, ਅਤੇ ਬੀਜ ਵਾਸਤੇ ਉਹਨੂੰ ਵੱਖਰਾ ਰੱਖਿਆ ਜਾਂਦਾ। ਇੱਕ ਤਾਂ ਆਪਾਂ ਉਹਨਾਂ ਨੂੰ ਕੋਲਡ ਸਟੋਰ ਦੇ ਵਿੱਚ ਸਟੋਰ ਕਰ ਸਕਦੇ ਹੈਗੇ ਹਾਂ ਜਿਹੜੀ ਕਿ ਆਪਾਂ ਬੀਜ ਵਾਸਤੇ ਅਰਬੀ ਤਿਆਰ ਕੀਤੀ ਹੈਗੀ ਆ, ਅਤੇ ਜਾਂ ਉਹਨੂੰ ਆਪਾਂ ਟੋਆ ਪੁੱਟ ਕੇ ਉਹਨੂੰ ਉਹਦੇ ਵਿੱਚ ਆਪਾਂ ਦੱਬ ਸਕਦੇ ਹਾਂ ਬੀਜ ਤੋਂ। ਇਸ ਤੋਂ ਬਾਅਦ ਜੇ ਆਪਾਂ ਇਹਦੇ ਸਿਹਤ ਲਈ ਇਹਦੇ ਲਾਭਦਾਇਕ ਫਾਇਦੇ ਵੇਖੀਏ ਤਾਂ ਇਹ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ ਜੀ। ਅਰਬੀ ਦੇ ਵਿੱਚ ਐਂਟੀ ਆਕਸੀਡੈਂਟ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਆ। ਉਸ ਤੋਂ ਬਾਅਦ ਫਾਈਬਰ, ਪੋਟਾਸ਼ੀਅਮ ਅਤੇ ਆਪਣਾ ਵਿਟਾਮਿਨ ਸੀ ਅਤੇ ਈ, ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਇਹ ਤੱਤ ਪਾਏ ਜਾਂਦੇ ਹਨ। ਅਤੇ ਆਪਣੀ ਸਿਹਤ ਦੇ ਲਈ ਜਿਵੇਂ ਕਿ ਆਪਣੀਆਂ ਦਿਲ ਦੀਆਂ ਬਿਮਾਰੀਆਂ ਤੋਂ ਇਹ ਬਚਾਉਂਦੀ ਹੈਗੀ ਆ, ਬਲੱਡ ਸ਼ੂਗਰ ਤੋਂ ਇਹ ਆਪਾਂ ਨੂੰ ਬਚਾਉਂਦੀ ਹੈਗੀ ਆ। ਅਤੇ ਅਰਬੀ ਇਹੀ ਕਹਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਰਬੀ ਦਾ ਸੇਵਨ ਕਰਨਾ ਚਾਹੀਦਾ ਤਾਂ ਜੋ ਉਹ ਆਪਦੀ ਚੰਗੀ ਸਿਹਤ ਨੂੰ ਬਣਾਈ ਰੱਖਣ। ਜੇ ਮੰਡੀਕਰਨ ਬਾਰੇ ਗੱਲ ਕਰੀਏ ਤਾਂ ਜੇ ਆਪਾਂ ਸਹੀ ਸਮੇਂ 'ਤੇ ਪੱਟ ਕੇ ਇਹਨੂੰ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਈਏ ਤਾਂ ਵਧੀਆ ਮੁੱਲ ਦੇ ਉੱਤੇ ਅਰਬੀ ਵਿਕ ਜਾਂਦੀ ਹੈਗੀ ਆ। ਅਤੇ ਅਰਬੀ ਨੂੰ ਕੀ ਕਹਿੰਦੇ ਹੁੰਦੇ ਆਪਾਂ ਚੰਗੇ ਰੇਟਾਂ ਦੇ ਵਿੱਚ ਕੀ ਵੇਚ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਕਿ ਅਰਬੀ ਤੋਂ ਆਪਾਂ ਚਿਪਸ ਵੀ ਤਿਆਰ ਕਰ ਸਕਦੇ ਹੈਗੇ ਹਾਂ, ਕਿ ਫਸਲੀ ਵਿਭਿੰਨਤਾ ਦੇ ਤੌਰ 'ਤੇ ਵੀ ਆਪਾਂ ਅਰਬੀ ਨੂੰ ਲੈ ਸਕਦੇ ਹੈਗੇ ਹਾਂ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕਣਕ ਝੋਨੇ ਦੇ ਜਿਹੜੇ ਫਸਲੀ ਚੱਕਰ ਤੋਂ ਆਪਾਂ ਨੂੰ ਇਹ ਵੱਖਰੇਵੇਂ ਤੌਰ 'ਤੇ ਉੱਤੇ ਆਪਾਂ ਅਰਬੀ ਨੂੰ ਲਾ ਸਕਦੇ ਹਾਂ। ਅਰਬੀ ਦਾ ਜਿਹੜੀ ਆਮਦਨ ਹੈਗੀ ਆ ਉਹ ਕਣਕ ਅਤੇ ਝੋਨੇ ਦੇ ਨਾਲੋਂ ਜ਼ਿਆਦਾ ਹੁੰਦੀ ਹੈ।
ਜੇ ਆਪਾਂ ਗੱਲ ਕਰੀਏ ਵੀ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਪਾਸਿਓ ਕਿ ਅਰਬੀ ਨੂੰ ਆਪਾਂ ਲਾਈਏ ਤਾਂ ਆਪਾਂ ਪਾਣੀ ਦੀ ਬਹੁਤ ਬੱਚਤ ਕਰ ਸਕਦੇ ਹਾਂ, ਕਿਉਂਕਿ ਅਰਬੀ ਨੂੰ ਸਿਰਫ ਗਰਮੀਆਂ ਦੇ ਵਿੱਚ 3 ਜਾਂ 4 ਵਾਰੀ ਹਫ਼ਤੇ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਆ, ਅਤੇ ਅਰਬੀ ਨੂੰ ਬਰਸਾਤਾਂ ਦੇ ਵਿੱਚ ਕਰੀਏ ਤਾਂ ਬਰਸਾਤਾਂ ਦੇ ਵਿੱਚ ਅਰਬੀ ਨੂੰ ਪਾਣੀ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ। ਤਕਰੀਬਨ ਸਾਰਾ ਸਾਲ ਜੇ ਅਰਬੀ ਦਾ ਆਪਾਂ ਦੇਖੀਏ ਤਾਂ ਅਰਬੀ ਨੂੰ ਸਿਰਫ 120 ਤੋਂ 150 mm ਹੀ ਵਰਖਾ ਦੀ ਲੋੜ ਹੁੰਦੀ ਹੈ। ਅਰਬੀ ਦੀ ਸਬਜ਼ੀ ਤੋਂ ਇਲਾਵਾ ਆਪਾਂ ਇਹਦੀ ਆਪਾਂ ਇਹਦੇ ਤੋਂ ਚਿਪਸ ਵੀ ਤਿਆਰ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਕਿ ਇਹਨੂੰ ਕਟਾਰ ਕਿਹਾ ਜਾਂਦਾ ਹੈਗਾ, ਅਤੇ ਇਹਦੀ ਆਪਾਂ ਭੁਰਜੀ ਬਣਾ ਸਕਦੇ ਹਾਂ ਜਿਹੜੀ ਕਿ ਸਿਹਤ ਲਈ ਬਹੁਤ ਲਾਹੇਵੰਦ ਰਹਿੰਦੀ ਹੈ। ਉਸ ਤੋਂ ਬਾਅਦ ਜਿਹੜੇ ਇਹਦੇ ਪੱਤੇ ਹੈਗੇ ਉਹਨਾਂ ਦੇ ਪਤੌੜ ਬਣਦੇ ਹਨ ਜੀ ਬੇਸਣ ਦੇ ਵਿੱਚ ਲਾ ਕੇ ਉਹਨਾਂ ਨੂੰ, ਅਤੇ ਜਿਨ੍ਹਾਂ ਨੂੰ ਕਿ ਆਪਾਂ ਐਜ਼ ਏ ਸਨੈਕਸ ਆਪਾਂ ਘਰਾਂ ਵਿੱਚ ਯੂਜ਼ ਕਰ ਸਕਦੇ ਹੈਗੇ ਹਾਂ। ਅਰਬੀ ਦੀ ਪਟਾਈ ਤੋਂ ਬਾਅਦ ਇਸ ਤੋਂ ਬਾਅਦ ਕਿ ਘੱਟ ਦਿਨਾਂ ਦੇ ਵਿੱਚ ਜਿਹੜਾ ਝੋਨਾ ਤਿਆਰ ਹੋ ਜਾਂਦਾ ਜੀ, ਜਿਵੇਂ ਆਪਣਾ 26 ਹੋ ਗਿਆ ਜੀ ਜਾਂ 1509 ਹੋ ਗਿਆ, ਉਹ ਲਾਇਆ ਜਾਂਦਾ। ਉਸ ਤੋਂ ਬਾਅਦ ਆਪਾਂ ਇਹਨੂੰ ਆਲੂ ਲਾ ਕੇ, ਆਲੂ ਦੀ ਪਟਾਈ ਤੋਂ ਬਾਅਦ ਦੁਬਾਰਾ ਆਪਾਂ ਫਰਵਰੀ ਦੇ ਵਿੱਚ ਇਹਨੂੰ ਆਪਾਂ ਫਿਰ ਦੁਬਾਰਾ ਅਰਬੀ ਨੂੰ ਆਪਾਂ ਲਾ ਸਕਦੇ ਹੈਗੇ ਹਾਂ। ਬਾਗਬਾਨੀ ਵਿਭਾਗ ਦੇ ਵਿੱਚ ਜਿਹੜੀਆਂ ਕਿ ਫਸਲਾਂ ਆ ਜਾਂਦੀਆਂ ਹਨ, ਜਿਵੇਂ ਬਾਗ ਹੋ ਗਏ ਜਾਂ ਜਿਹੜੀਆਂ ਵੀ ਸਬਜ਼ੀਆਂ ਹੋ ਗਈਆਂ, ਫੁੱਲ ਹੋ ਗਏ, ਉਹਨਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈਗੀ ਆ ਬਾਗਬਾਨੀ ਵਿਭਾਗ ਵੱਲੋਂ। ਕੁਝ ਕੁ ਸਹਾਇਕ ਧੰਦੇ ਜਿਵੇਂ ਕਿ ਮਧੂਮੱਖੀ ਪਾਲਣ ਹੋ ਗਿਆ, ਆਪਣਾ ਮਸ਼ਰੂਮ ਹੋ ਗਈ, ਇਹਨਾਂ ਉੱਤੇ ਵੀ ਬਾਗਬਾਨੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਉੱਦਾਂ ਹੀ ਆਪਾਂ ਹੁਣ ਗੱਲ ਕਰਾਂਗੇ ਵੀ ਜਿਵੇਂ ਕਿ ਕਿਸਾਨ ਨੇ ਅਰਬੀ ਲਾਈ ਹੋਈ ਆ, ਅਰਬੀ ਦੇ ਉੱਤੇ ਇੱਕ ਕਿਸਾਨ ਨੂੰ ਕੀ ਅਤੇ ਕਾਹਦੇ ਕਾਹਦੇ ਉੱਤੇ ਸਬਸਿਡੀ ਮਿਲ ਸਕਦੀ ਹੈਗੀ ਆ। ਅਤੇ ਸਾਰਿਆਂ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਇੱਕ ਫਾਰਮਰ ਇਹਦੇ ਆਪਣਾ ਸਪਰੇ ਪੰਪ ਦੇ ਉੱਤੇ ਸਬਸਿਡੀ ਲੈ ਸਕਦਾ, ਜਿਹੜਾ ਕਿ ਆਪਾਂ ਪੰਜਾਬੀ ਦੇਸੀ ਭਾਸ਼ਾ ਦੇ ਵਿੱਚ ਉਹਨੂੰ ਪਿੱਠੂ ਪੰਪ ਵੀ ਕਹਿ ਦਿੰਦੇ ਹਾਂ। ਉਹਦੇ ਉੱਤੇ ਪੰਜਾਬ ਸਰਕਾਰ 40% ਸਬਸਿਡੀ ਦਿੰਦੀ ਆ ਜਨਰਲ ਕੈਟਾਗਰੀ ਨੂੰ, ਅਤੇ 50% ਸਬਸਿਡੀ ਦਿੰਦੀ ਆ ਜੀ ਐਸ ਸੀ ਕੈਟਾਗਰੀ ਨੂੰ। ਹਾਂ, ਜੇ ਲੇਡੀਜ਼ ਦੇ ਨਾਂ ਦੇ ਉੱਤੇ ਜ਼ਮੀਨ ਹੈਗੀ ਆ ਤਾਂ ਉਹਨਾਂ ਨੂੰ ਵੀ ਸਰਕਾਰ 50% ਸਬਸਿਡੀ ਮੁਹੱਈਆ ਕਰਵਾਉਂਦੀ ਆ। ਜੇ ਆਪਾਂ ਗੱਲ ਕਰੀਏ ਇਹਦੀ ਅਰਬੀ ਦੀ, ਇਹ ਕਹਿ ਲਓ ਸਿਰ ਤੋਂ ਲੈ ਕੇ ਥੱਲੇ ਤੀਕਰ ਸਾਰੇ ਕੰਮ ਵਾਸਤੇ ਵਰਤੀ ਜਾਂਦੀ, ਹਰੇਕ ਚੀਜ਼। ਮਤਲਬ ਜੇ ਪੱਤਾ ਹੈ, ਪੱਤਾ ਵੀ ਕੰਮ ਆਉਂਦਾ, ਜੇ ਇਹਦਾ ਤਣਾ ਹੈ, ਤਣਾ ਵੀ ਕੰਮ ਆਉਂਦਾ। ਉਹ ਦੱਸਦਾ ਕਿਵੇਂ, ਜਿਹੜਾ ਪੱਤਾ ਹੈ, ਪੱਤੇ ਤੋਂ ਪਕੌੜੇ ਬਣਦੇ, ਕਈ ਪਕੌੜੇ ਕਹਿ ਦਿੰਦੇ, ਕਈ ਪਤੌੜ ਕਹਿ ਦਿੰਦੇ ਆ, ਬੇਸਣ ਲਾ ਕੇ ਉਹਨੂੰ ਐਜ਼ ਆ ਸਨੈਕਸ ਯੂਜ਼ ਕਰ ਲੈਂਦੇ ਆ। ਜਿਹੜਾ ਇਹਦਾ ਤਣਾ ਹੈ, ਤਣੇ ਦੇ ਵਿੱਚੋਂ ਇਹਨੂੰ ਜਦੋਂ ਪੜਦੇ, ਤਣੇ ਦੇ ਵਿੱਚੋਂ ਨਾ ਇੱਕ ਗਟਾਰਾ ਨਿਕਲਦਾ, ਜਿਵੇਂ ਸਾਡੇ ਇੱਧਰ ਏਰੀਏ ਦੇ ਹਿਸਾਬ ਏਰੀਏ ਦੇ ਵਿੱਚ ਇਹਨੂੰ ਕਹਿ ਦਿੰਦੇ ਗਟਾਰਾ, ਗਟਾਰ ਉਹਦੇ ਬਣਾਉਂਦੇ ਆ ਭੁਰਜੀ, ਉਹਦੀ ਭੁਰਜੀ ਬਣ ਜਾਂਦੀ ਆ। ਅਰਬੀ ਦੇ ਤਾਂ ਆਪਾਂ ਨੂੰ ਪਤਾ ਹੀ ਆ, ਸਬਜ਼ੀ ਤਾਂ ਬਣਦੀ ਬਣਦੀ ਆ, ਨਾਲ ਇਹਦੇ ਚਿਪਸ ਵਗੈਰਾ ਵੀ ਬਣ ਜਾਂਦੇ ਆ। ਕਚਾਲੂ ਜ਼ਿਆਦਾ ਆਪਾਂ ਨੂੰ ਪਤਾ ਫੇਮਸ ਆ, ਚਾਟ ਵਾਸਤੇ ਬਹੁਤ ਜ਼ਿਆਦਾ ਯੂਜ਼ ਹੁੰਦੇ ਆ। ਅਤੇ ਜੇ ਕਰੀਏ ਇਹਦੀ ਗੱਲ ਸਟੋਰੇਜ ਦੀ, ਸਟੋਰੇਜ ਜਿਹੜੀ ਆ ਇਹ ਕੋਈ ਸਪੈਸ਼ਲ ਕੋਲਡ ਸਟੋਰੇਜ ਨਹੀਂ ਹੈਗੇ ਇਹਦੇ, ਇਹ ਐਜ਼ ਇਟ ਜਿੱਦਾਂ ਹੁਣ ਪਈ ਆ ਇੱਦਾਂ ਹੀ ਜ਼ਮੀਨ ਦੇ ਵਿੱਚ ਰਹਿਣੀ ਆ ਸਾਰਾ ਸਾਲ। ਇੱਕ ਪਾਸੋਂ ਜਿਵੇਂ ਕਹਿ ਲਓ ਕਈ ਕੀ ਕਰਦੇ ਆ, ਪੱਟ ਕੇ ਕੋਈ ਹੋਰ ਫਸਲ ਲਾ ਦਿੰਦੇ ਆ, ਕਈ ਇੱਥੇ ਇੱਦਾਂ ਹੀ ਰਹਿਣ ਦਿੰਦੇ ਆ, ਪੱਟ ਕੇ ਦੁਬਾਰਾ ਇੱਕ ਪਾਸੋਂ ਪੱਟੀ ਜਾਂਦੇ, ਦੂਜੇ ਪਾਸੇ ਲਾਈ ਜਾਂਦੇ ਆ। ਇਹ ਇੱਦਾਂ ਇਹਦਾ ਸਟੋਰੇਜ ਦਾ ਸਿਸਟਮ ਇਹ ਆ, ਕਈ ਪੱਟ ਕੇ ਇਹਨੂੰ ਡੰਪ ਕਰਕੇ ਘਰ ਰੱਖ ਲੈਂਦੇ ਆ, ਉਸ ਤੋਂ ਬਾਅਦ ਪਰਾਲੀ ਵਗੈਰਾ ਪਾ ਕੇ ਅਤੇ ਇਹਨੂੰ ਕੱਜ ਕੇ ਰੱਖ ਲੈਂਦੇ, ਉੱਦਾਂ ਵੀ ਡੰਪ ਹੋ ਜਾਂਦੀ ਆ। ਇਸ ਤੋਂ ਬਾਅਦ ਜਿਹੜੇ ਇਹ ਤਾਂ ਆਪਣੇ ਵਾਸਤੇ ਤਾਂ ਬੀ ਵਾਸਤੇ ਖੜੀ ਇਹ ਵਾਲੀ, ਇਸ ਤੋਂ ਬਾਅਦ ਜਿਹੜੀ ਹੁਣ ਪਟਾਈ ਕਰਦੇ ਪਏ ਆ, ਪਟਾਈ ਤੋਂ ਬਾਅਦ ਝੋਨਾ ਲੱਗ ਜਾਂਦਾ, ਝੋਨਾ 126 ਜਾਂ ਬਾਸਮਤੀ ਜਿਵੇਂ 1509 ਹੋ ਗਈ, 1692 ਘੱਟ ਦੇ ਨਾਲ ਹੀ, ਕਿਉਂਕਿ ਉਹਨੂੰ ਪਾਣੀ ਵੀ ਘੱਟ ਚਾਹੀਦਾ, ਘੱਟ ਦੇ ਨਾਲ ਹੀ ਵਰਾਇਟੀ ਆ। ਉਸ ਤੋਂ ਬਾਅਦ ਇਸੇ ਜਗ੍ਹਾ 'ਤੇ ਫਿਰ ਆਲੂ ਲੱਗ ਜਾਣੇ ਆ। ਆਲੂ ਸਾਡੇ ਇੱਥੇ ਕਿਸਮ ਲੱਗ ਜੋ ਵੀ ਘੱਟ ਦੇ ਨਾਲ ਵੀ ਘੱਟ ਦਿਨਾਂ ਵਾਲੀ, ਜਿਵੇਂ ਕਿ ਫੁਗਰਾਜ ਦੀ ਵਰਾਇਟੀ ਚੱਲਦੀ ਆ ਜ਼ਿਆਦਾ ਇੱਥੇ, ਉਹ ਲਾਉਣ ਤੋਂ ਬਾਅਦ ਜਿੱਦਾਂ ਉਹ ਫਰਵਰੀ ਦੇ ਵਿੱਚ ਉਹਦੀ ਪਟਾਈ ਖਤਮ ਹੁੰਦੀ, ਉਸ ਤੋਂ ਬਾਅਦ ਫਿਰ ਅਰਬੀ ਦੀ। ਮਤਲਬ ਇਸੇ ਚੱਕਰ ਦੇ ਵਿੱਚ ਕਣਕ ਦੀ ਜਗ੍ਹਾ 'ਤੇ ਅਸੀਂ
ਆਲੂ ਅਤੇ ਅਰਬੀ ਲੈਂਦੇ ਹਾਂ, ਉਸ ਤੋਂ ਬਾਅਦ ਝੋਨਾ ਅਸੀਂ ਲੈ ਲੈਂਦੇ। ਗੱਲ ਕਰੀਏ ਜੇ ਆਪਾਂ ਗਾਂ ਫਿਊਚਰ ਦੀ, ਦੇਖੋ ਜੀ ਜੀਦਾ ਕਰਦਾ ਕਿ ਇਹਨੂੰ ਹੋਰ ਵਧਾਈਏ, ਪਰ ਗੱਲ ਕੀ ਆ ਕਿ ਇਹਦੇ 'ਤੇ ਖਰਚਾ ਬਹੁਤ ਜ਼ਿਆਦਾ, ਕਿਉਂਕਿ ਹਰੇਕ ਚੀਜ਼ ਮੈਨੂਅਲ ਆ। ਜੇ ਕਹਿ ਦਈਏ ਮਸ਼ੀਨਰੀ ਦਾ ਯੁੱਗ ਭਾਵੇਂ ਹੈਗਾ, ਪਰ ਇਹਦੇ ਵਿੱਚ ਉਹ ਕੰਮ ਨਹੀਂ ਆਉਂਦਾ। ਕਾਰਨ ਕੀ ਆ, ਹਰੇਕ ਮਤਲਬ ਨਿੱਕੀ ਤੋਂ ਨਿੱਕੀ ਚੀਜ਼ ਆ ਉਹ ਸਾਰੀ ਮੈਨੂਅਲ ਆ, ਠੀਕ ਹੈ ਜੀ। ਇਹਦੇ 'ਤੇ ਖਰਚਾ ਕਹਿ ਦਈਏ, ਖਰਚਾ ਮੰਨ ਕੇ ਜਾ ਲਗਭਗ ਇੱਕ ਕਿੱਲੇ ਦਾ 60 ਤੋਂ 70 ਹਜ਼ਾਰ ਰੁਪਈਆ ਇਕੱਲਾ ਦਾ ਖਰਚਾ ਹੈ ਇਸ ਚੀਜ਼ ਦਾ, ਅਰਬੀ ਨੂੰ ਤਿਆਰ ਕਰਨ ਦਾ। ਉਸ ਤੋਂ ਬਾਅਦ ਮਾਰਕੀਟ ਦਾ ਪਤਾ ਕੋਈ ਨਹੀਂ, ਰੇਟ ਮਿਲਣਾ ਹੈ ਜਾਂ ਨਹੀਂ ਮਿਲਣਾ। ਸਰਕਾਰ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਜ਼ਿਮੀਂਦਾਰ ਕਣਕ ਝੋਨੇ ਦੇ ਵਿੱਚੋਂ ਨਿਕਲ ਕੇ ਕੁਛ ਨਾ ਕੁਛ ਕਰਦਾ ਪਿਆ, ਉਹਨਾਂ ਵਾਸਤੇ ਕੁਛ ਨਾ ਕੁਛ ਸਪੈਸ਼ਲ ਰੱਖੀਏ ਅਸੀਂ, ਕੋਈ ਨਾ ਕੋਈ ਰੇਟ ਤੈਅ ਕਰੀਏ ਤਾਂ ਜੋ ਜ਼ਿਮੀਂਦਾਰ ਨੂੰ ਘਾਟਾ ਨਾ ਪਵੇ, ਜ਼ਿਮੀਂਦਾਰ ਵਧੀਆ ਕਰੇ। ਅਪੀਲ ਤਾਂ ਸਾਰਿਆਂ ਨੂੰ ਕਰਦੇ ਇਹ ਚੀਜ਼ ਲਾਉਣ ਦੀ, ਪਰ ਜਦੋਂ ਕੋਈ ਜ਼ਿਮੀਂਦਾਰ ਕਹਿ ਦਿੰਦਾ ਕਿ ਯਾਰ ਅਸੀਂ ਮਾਰੇ ਗਏ, ਰੇਟ ਨਹੀਂ ਮਿਲਿਆ, ਉਸ ਚੀਜ਼ ਤੋਂ ਵੇਖ ਕੇ ਡਰਦਾ ਹੈ ਬੰਦਾ, ਡਰ ਕੇ ਅਗਲਾ ਬੰਦਾ ਨਹੀਂ ਲਾਉਂਦਾ। ਜੇ ਇਸੇ ਚੀਜ਼ ਦਾ ਰੇਟ ਤੈਅ ਮੁੱਲ ਹੋਵੇ, ਰੇਟ ਵਧੀਆ ਪੱਕਾ ਮਿਲਦਾ ਹੋਵੇ, ਫਿਰ ਬਹੁਤੇ ਜ਼ਿਮੀਂਦਾਰ ਕਣਕ ਝੋਨੇ ਦੇ ਜਿਹੜੇ ਆ ਆਪਣਾ ਕੰਮ ਦੇ ਵਿੱਚੋਂ ਨਿਕਲ ਕੇ ਇਸ ਸਬਜ਼ੀ ਵਿੱਚ ਆਉਣ, ਕਿਉਂਕਿ ਇਹਦੇ ਵਿੱਚ ਫਾਇਦਾ ਵੀ ਹੈਗਾ। ਹੁਣ ਤੁਸੀਂ ਇਹ ਵੇਖੋ, ਫਿਰੋਜ਼ਪੁਰ ਦਾ ਏਰੀਆ ਐਵੇਂ ਦਾ ਹੈ ਜਿਹੜਾ ਕਿ ਜਿਹੜੀ ਆਪਾਂ ਜਿਹੜੀ ਜਗ੍ਹਾ 'ਤੇ ਖੜ੍ਹੇ ਹਾਂ, ਸਾਰਾ ਸਾਲ ਇੱਥੇ ਹਰਿਆਵਲ ਰਹੂਗੀ, ਕਿਉਂਕਿ ਇੱਥੇ ਕਣਕ ਵੀ ਜਿਹੜੀ ਹੈ ਨਾ ਇਕੱਲੀ ਖਾਣ ਵਾਸਤੇ ਹੁੰਦੀ ਹੈ ਲੋਕਾਂ ਕੋਲ, ਬਾਕੀ ਸਾਰੀ ਇੱਥੇ ਸਬਜ਼ੀ ਹੁੰਦੀ ਆ। ਇਸ ਏਰੀਏ ਦੇ ਵਿੱਚ ਸਾਰੀ ਸਬਜ਼ੀ ਆ, ਹਰਿਆਵਲ ਸਭ ਤੋਂ ਜ਼ਿਆਦਾ ਇੱਥੇ ਆ ਫਿਰੋਜ਼ਪੁਰ ਦੇ ਵਿੱਚ। ਜੇ ਕਹਿ ਦਈਏ ਸਭ ਤੋਂ ਜ਼ਿਆਦਾ ਜਿੱਧਰ ਮਰਜ਼ੀ ਵੇਖ ਲਓ ਤੁਹਾਨੂੰ ਹਰਿਆਵਲ ਹਰਿਆਵਲ ਹੀ ਦਿਸੂਗੀ। ਕਾਰਨ ਕੀ ਹੈ, ਸਬਜ਼ੀ ਦਾ ਏਰੀਆ, ਸਬਜ਼ੀ ਬਹੁਤ ਲਾਉਂਦਾ, ਸਿਰਫ ਇਹਦਾ ਘਾਟਾ ਇਹੀ ਆ ਕਿ ਇਹਦੇ 'ਤੇ ਖਰਚਾ ਬਹੁਤ ਹੈ, ਨਾ ਕੋਈ ਇਹਦਾ ਮਸ਼ੀਨਰੀ ਦਾ ਜੇ ਕਹਿ ਲਓ ਭਾਵੇਂ ਯੁੱਗ ਹੈਗਾ, ਪਰ ਨਹੀਂ, ਸਾਰਾ ਮੈਨੂਅਲ ਹੀ ਇਹਦੇ 'ਚ। ਇਨ ਫਿਊਚਰ ਜੀ ਦਾ ਬਹੁਤ ਕਰਦਾ ਵਧਾਈਏ, ਪਰ ਨਹੀਂ, ਖਰਚਾ ਬਹੁਤ ਜ਼ਿਆਦਾ। ਮੇਰਾ ਨਾਮ ਜਗਸੀਰ ਸਿੰਘ, ਪਿੰਡ ਲੱਖਾ ਜੀ, ਜ਼ਿਲ੍ਹਾ ਫਿਰੋਜ਼ਪੁਰ। ਜਿਵੇਂ ਮੰਨ ਲਓ ਆਪਾਂ ਲਾਉਣ ਵਾਸਤੇ ਤਿਆਰ ਕਰਨੀ ਆ ਅਰਬੀ ਦੀ ਫਸਲ ਵਾਸਤੇ ਪੈਲੀ, ਉਹਨੂੰ ਪੂਰੀ ਚੰਗੀ ਤਰ੍ਹਾਂ ਵਾਹਿਆ ਜਾਂਦਾ, ਫਿਰ ਉਹਨੂੰ ਵਾਹ ਕੇ ਉਹਦੇ ਵਿੱਚ ਖੇਲਾਂ ਪਾਈਆਂ ਜਾਂਦੀਆਂ, ਖੇਲਾਂ ਤੋਂ ਬਾਅਦ ਫਿਰ ਲੇਬਰ ਲਾਈ ਜਾਂਦੀ ਆ, ਲੇਬਰ ਜੋ ਰੰਬੇ ਨਾਲ ਖੱਡੇ ਲਾ ਕੇ ਫਿਰ ਉਸ ਤੋਂ ਬਾਅਦ ਇੱਕ ਇੱਕ ਗੰਢੀਏ ਦੀ ਜੋ ਵੀ ਹੁੰਦੀ ਆ ਉਹ ਖੱਡਿਆਂ ਦੇ ਵਿੱਚ ਰੱਖੀ ਜਾਂਦੀ ਆ, ਰੱਖ ਕੇ ਉਹਨੂੰ ਸਿੱਧੇ ਪਾਸੇ ਕਰਕੇ ਉਹਦੇ ਉੱਤੇ ਮਿੱਟੀ ਪਾਈ ਜਾਂਦੀ, ਉਸ ਤੋਂ ਬਾਅਦ ਇਹਨੂੰ ਪਾਣੀ ਲਾਇਆ ਜਾਂਦਾ, ਜਦੋਂ ਉਗਾਉਂਦੀ ਉਸ ਤੋਂ ਬਾਅਦ ਖਾਦਾਂ ਦਵਾਈਆਂ ਜੋ ਵੀ ਆ ਇਹਨੂੰ ਪਾਈਆਂ ਜਾਂਦੀਆਂ ਨੇ। ਇਹਨੂੰ ਬਿਮਾਰੀ ਦੀ ਗੱਲ ਕਰੀਏ ਤਾਂ ਇੱਕ ਇਹਨੂੰ ਸੁੰਡੀ ਪੈਂਦੀ ਆ ਪੱਤੇ ਖਾਣ ਵਾਲੀ, ਉਹਦੀ ਸਪਰੇਅ ਕਰਨੀ ਪੈਂਦੀ, ਅਤੇ ਇਹਨੂੰ ਹਫ਼ਤੇ 'ਚ 2-3 ਪਾਣੀ ਲਾਉਣੇ ਹੀ ਪੈਂਦੇ ਆ, ਬਾਕੀ ਮੌਸਮ 'ਤੇ ਡਿਪੈਂਡ ਆ ਬਾਰਿਸ਼ ਦਾ। ਇਹ ਫਰਵਰੀ ਦੇ ਪਹਿਲੇ 2 ਹਫ਼ਤਿਆਂ 'ਚ ਇਹਦੀ ਬਿਜਾਈ ਹੁੰਦੀ ਆ, ਜੂਨ ਜੁਲਾਈ 'ਚ ਜਾ ਕੇ ਇਹਦੀ ਪਟਾਈ ਹੁੰਦੀ ਆ। ਜੋ ਵੀ ਕੰਮ ਇਹਦਾ ਕਰਨਾ ਸਾਰਾ ਲੇਬਰ ਨਾਲ ਕੀਤਾ ਜਾਂਦਾ, ਇਹਨੂੰ 3 ਗੋਡੀਆਂ ਕੀਤੀਆਂ ਜਾਂਦੀਆਂ ਨੇ, ਗੋਡੀਆਂ ਤੋਂ ਬਾਅਦ ਫਿਰ ਇਹਨੂੰ ਮਿੱਟੀ ਲਾਈ ਜਾਂਦੀ ਆ, ਕੋਈ ਤਾਂ ਲੇਬਰ ਨਾਲ ਲਾ ਲੈਂਦੇ, ਕੋਈ ਟਰੈਕਟਰ ਨਾਲ ਲਾ ਲੈਂਦੇ, ਉਸ ਤੋਂ ਬਾਅਦ ਫਿਰ ਇਹਦੀ ਪਟਾਈ ਹੁੰਦੀ ਆ। ਪੱਟ ਕੇ ਇਹਦੇ ਜੋ ਅਰਬੀ ਨਿਕਲ ਆਉਂਦੀ ਆ ਉਹਦੇ ਵਿੱਚੋਂ ਇੱਕ ਚਾਲੂ ਆ ਜਾਂਦਾ, ਉਹ ਅਲੱਗ ਤੋਂ ਵੇਚਿਆ ਜਾਂਦਾ। ਅਰਬੀ ਦੀ ਫਸਲ ਤਾਂ ਤੁਹਾਨੂੰ ਪਤਾ ਹੀ ਆ, ਸਬਜ਼ੀ ਦੇ ਕੰਮ ਆਉਂਦੀ ਆ, ਹੋਰ ਚਿਪਸ ਵਗੈਰਾ ਬਣਦੀ ਆ। ਉਸ ਤੋਂ ਬਾਅਦ ਇਹਨੂੰ ਜੇ ਗੱਲ ਕਰੀਏ ਬੀਜ ਰੱਖਣ ਦੀ, ਇਹਨੂੰ ਇਸ ਤਰ੍ਹਾਂ ਜ਼ਮੀਨ ਦੇ ਵਿੱਚ ਹੀ ਰੱਖਿਆ ਜਾਂਦਾ, ਫਿਰ ਜਨਵਰੀ 'ਚ ਜਾ ਕੇ ਇਹਨੂੰ ਪੱਟ ਕੇ ਡੰਪ ਕਰ ਲੈਂਦਾ ਹੈ। ਉਸ ਤੋਂ ਬਾਅਦ ਫਿਰ ਇਹਨੂੰ ਤਿਆਰ ਕਰਕੇ ਫਿਰ ਦੁਬਾਰਾ ਲਾਈ ਜਾਂਦੀ ਆ, ਜਾਂ ਉਸ ਜ਼ਮੀਨ ਦੇ ਵਿੱਚ ਬਾਅਦ ਦੀ ਹੁਣ ਤੋਂ ਜਦੋਂ ਪਟਾਈ ਚੱਲ ਰਹੀ ਆ, ਪੱਟ ਕੇ ਇਹਦੇ ਵਿੱਚ ਘੱਟ ਵਰਾਇਟੀ ਵਾਲਾ ਝੋਨਾ, ਜਿਵੇਂ 126 ਹੋ ਗਿਆ, 1509 ਬਾਸਮਤੀ ਹੋ ਗਈ, 1847 ਹੋ ਗਈ, ਘੱਟ ਸਮੇਂ ਵਾਲੀਆਂ ਵਰਾਇਟੀਆਂ ਲਾ ਕੇ ਉਸ ਤੋਂ ਬਾਅਦ ਫਿਰ ਇਹਦੇ 'ਚ ਆਲੂ ਲਾਇਆ ਜਾਏਗਾ। ਆਲੂ ਵਾਲੀ ਫਸਲ ਵੀ ਘੱਟ ਦਿਨਾਂ ਵਾਲਾ ਹੁੰਦਾ,
ਉਹ ਪੱਟ ਕੇ ਉਸ ਤੋਂ ਬਾਅਦ ਫਿਰ ਇਹਦੇ 'ਚ ਅਰਬੀ ਲਾਈ ਜਾਂਦੀ ਆ। ਯਾਨੀ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਲੇਬਰ ਦਾ ਹੁੰਦਾ ਜੀ, ਹਰੇਕ ਕੰਮ ਲੇਬਰ ਤੋਂ ਹੁੰਦਾ, ਇਹਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਅਤੇ ਬਾਕੀ ਇਹਦਾ ਮੁੱਲ ਕਈ ਵਾਰੀ ਤਾਂ ਬਹੁਤ ਹੋ ਜਾਂਦਾ ਪਰ ਕਈ ਵਾਰੀ ਨਹੀਂ ਮਿਲਦਾ। ਜ਼ਿਮੀਂਦਾਰ ਦੇ ਜਿਹੜੇ ਖਰਚੇ ਨੇ ਉਹ ਵੀ ਪੂਰੇ ਨਹੀਂ ਹੁੰਦੇ। ਜ਼ਿਮੀਂਦਾਰ ਫਸਲੀ ਚੱਕਰ 'ਚੋਂ ਨਿਕਲਣਾ ਤਾਂ ਚਾਹੁੰਦਾ ਝੋਨੇ ਕਣਕ 'ਚੋਂ, ਪਰ ਇਹਨਾਂ ਦਾ ਜੋ ਮੁੱਲ ਆ ਉਹ ਪੂਰਾ ਨਹੀਂ ਮਿਲਦਾ। ਪੂਰਾ ਐਂ ਨਹੀਂ ਮਿਲਦਾ ਜੀ, ਮੰਨ ਲਓ ਅਰਬੀ ਦੀ ਫਸਲ ਤੁਸੀਂ ਲਾ ਲਓ ਅਤੇ ਲਾਉਣ ਤੋਂ ਲੈ ਕੇ ਪੱਟਣ ਤੱਕ 70,000 ਰੁਪਈਆ ਖਰਚਾ ਆ ਗਿਆ। ਮੰਨ ਲਓ ਜੇ ਇਹਦਾ ਮੁੱਲ ਹੀ ਨਾ ਸਹੀ ਮਿਲਿਆ ਤਾਂ ਕਈ ਵਾਰੀ ਖਰਚੇ ਪੂਰੇ ਨਹੀਂ ਹੁੰਦੇ। ਵੀ ਮੰਨ ਲਓ ਜ਼ਿਮੀਂਦਾਰ ਕੋਈ ਵੀ ਆ ਝੋਨੇ ਵਾਲੇ ਚੱਕਰ 'ਚੋਂ ਨਿਕਲ ਕੇ ਕਣਕ ਵਾਲੇ 'ਚੋਂ ਨਿਕਲ ਕੇ ਉਹ ਸਬਜ਼ੀ ਵਾਲੇ ਬੰਨੇ ਆਉਂਦਾ, ਉਹਨੂੰ ਮੁੱਲ ਸਹੀ ਮਿਲੇ, ਉਹਦੀ ਫਸਲ ਦਾ ਰੇਟ ਸਹੀ ਹੋਵੇ, ਕਿਉਂਕਿ ਲੇਬਰਾਂ ਬਹੁਤ ਨੇ ਆਪੇ ਉਹ ਫਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀ ਵਾਲੇ ਬੰਨੇ ਆਉਣ, ਕੋਈ ਮਿਰਚਾਂ ਲਾਵੇ, ਕੋਈ ਅਰਬੀ ਲਾਵੇ, ਕੋਈ ਆਲੂ ਲਾਵੇ, ਇਹਨੂੰ ਸਾਂਭ ਸੰਭਾਲ ਇਹਦੀ ਹਰੇਕ ਚੀਜ਼ ਜੋ ਵੀ ਆ ਹੱਥੀਂ ਕੰਮ ਕਰਨਾ ਪੈਂਦਾ, ਲੇਬਰ ਤੋਂ ਕਰਵਾਉਣਾ ਪੈਂਦਾ। ਲੇਬਰਾਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਮਿਲਦੀਆਂ ਨਹੀਂ, ਕੰਮ ਕਰਕੇ ਨਹੀਂ ਰਾਜੀ, ਮਹਿੰਗਾਈ ਬਹੁਤ ਹੋ ਗਈ ਹੈ। ਇੱਕ ਹੋਰ ਮਸ਼ੀਨਰੀ ਜਿਹਨੂੰ ਕਿ ਪਾਵਰ ਟਿੱਲਰ ਕਿਹਾ ਜਾਂਦਾ ਹੈਗਾ, ਪਾਵਰ ਟਿੱਲਰ ਦਾ ਮੇਨ ਕੰਮ ਹੁੰਦਾ ਕਿ ਖੇਲਾਂ ਦੇ ਵਿੱਚੋਂ ਨਦੀਨਾਂ ਨੂੰ ਸਾਫ਼ ਕਰਨਾ, ਨਾਲ ਨਾਲ ਗੋਡੀ ਕਰਨਾ। ਉਹਦੇ ਉੱਤੇ ਵੀ ਸਰਕਾਰ 40% ਅਤੇ 50% ਸਬਸਿਡੀ ਮੁਹੱਈਆ ਕਰਵਾਉਂਦੀ ਹੈਗੀ ਆ। ਉਵੇਂ ਹੀ ਜਿਵੇਂ ਕਿ ਸਪਰੇ ਪੰਪ ਦੇ ਉੱਤੇ ਸਬਸਿਡੀ ਮਿਲਦੀ ਹੈਗੀ ਆ ਵੀ 40% ਜਨਰਲ ਕੈਟਾਗਰੀ ਦੇ ਵਿੱਚ ਅਤੇ 50% ਐਸ ਸੀ ਕੈਟਾਗਰੀ ਨੂੰ, ਅਤੇ ਵੋਮੈਨ ਨੂੰ 50% ਸਬਸਿਡੀ ਮਿਲਦੀ ਹੈਗੀ ਆ। ਉਸ ਤੋਂ ਬਾਅਦ ਇੱਕ ਜਿਹੜੀ ਸਬਸਿਡੀ ਹੈਗੀ ਹੈ ਜੀ, ਵੱਡਾ ਸਪਰੇ ਪੰਪ ਜਿਹੜਾ ਕਿ ਜਿਹਨੂੰ ਕਿ ਸਾਡੀ ਭਾਸ਼ਾ ਦੇ ਵਿੱਚ ਟਰੈਕਟਰ ਮਾਊਂਟਡ ਸਪਰੇ ਪੰਪ ਕਿਹਾ ਜਾਂਦਾ ਹੈਗਾ, ਉਹ ਟਰੈਕਟਰ ਦੇ ਪਿੱਛੇ ਲੱਗ ਜਾਂਦਾ ਜੀ ਅਤੇ ਇੱਕ ਲੰਬੀ ਪਾਈਪ ਹੁੰਦੀ ਹੈ, ਉਹਦੇ ਨਾਲ ਆਪਾਂ ਬਾਹਰ ਖੜ੍ਹ ਕੇ ਆਪਾਂ ਸਾਰੇ ਖੇਤ ਦੇ ਵਿੱਚ ਆਪਾਂ ਸਪਰੇ ਕਰ ਸਕਦੇ ਹੈਗੇ ਹਾਂ ਉਹਦੇ ਨਾਲ। ਉਹ ਵੀ ਉਵੇਂ ਹੀ ਜਿਵੇਂ 40-50% ਉੱਦਾਂ ਹੀ ਸਰਕਾਰ ਸਬਸਿਡੀ ਮੁਹੱਈਆ ਕਰਵਾਉਂਦੀ ਹੈ ਇਹਨਾਂ ਦੇ ਉੱਤੇ, ਅਤੇ ਸਮੇਂ ਸਮੇਂ 'ਤੇ ਜ਼ਿਮੀਂਦਾਰ ਨੂੰ ਜਿਵੇਂ ਜਿਵੇਂ ਵੀ ਲੋੜ ਹੁੰਦੀ ਹੈਗੀ ਆ ਉਹ ਸਬਸਿਡੀ ਲੈਂਦਾ ਹੈਗਾ। ਬਾਕੀ ਹੋਰ ਜ਼ਿਮੀਂਦਾਰਾਂ ਨੂੰ ਮੈਂ ਇਹ ਕਹੂੰਗਾ ਵੀ ਤੁਸੀਂ ਆਪਦੇ ਟਾਈਮ 'ਚੋਂ ਟਾਈਮ ਕੱਢ ਕੇ ਬਾਗਬਾਨੀ ਵਿਭਾਗ ਫਿਰੋਜ਼ਪੁਰ ਵਿੱਚ ਆਓ, ਜਾਂ ਜਿਹੜਾ ਵੀ ਤੁਹਾਨੂੰ ਜ਼ਿਲ੍ਹਾ ਪੈਂਦਾ ਹੈਗਾ ਉਸੇ ਜ਼ਿਲ੍ਹੇ ਦੇ ਬਾਗਬਾਨੀ ਦਫ਼ਤਰ ਦੇ ਵਿੱਚ ਜਾਓ ਅਤੇ ਉੱਥੇ ਬੈਠੇ ਹੋਏ ਅਫਸਰ ਸਾਹਿਬਾਨਾਂ ਨਾਲ ਤੁਸੀਂ ਆਪਦੀਆਂ ਸਬਜ਼ੀਆਂ ਬਾਰੇ, ਫਲਾਂ ਬਾਰੇ, ਫਸਲੀ ਵਿਭਿੰਨਤਾ ਲਿਆਉਣ ਬਾਰੇ ਉਹਨਾਂ ਨਾਲ ਗੱਲ ਕਰੋ ਤਾਂ ਜੋ ਮਹਿਕਮਾ ਕਿਸਾਨਾਂ ਨੂੰ ਆਪਦਾ ਪੂਰਾ ਸਹਿਯੋਗ ਦੇ ਸਕੇ ਅਤੇ ਬਣਦੀ ਸਬਸਿਡੀ ਕਿਸਾਨਾਂ ਨੂੰ ਮੁਹੱਈਆ ਕੀਤੀ ਜਾ ਸਕੇ। ਜਿਵੇਂ ਕਿ ਅੱਜ ਕੱਲ੍ਹ ਸਾਰੇ ਪਾਸੇ ਗੱਲ ਚੱਲਦੀ ਹੈਗੀ ਹੈ ਜੀ ਪਾਣੀ ਬਚਾਓ, ਵਾਤਾਵਰਨ ਬਚਾਓ, ਤਾਂ ਸਾਰਿਆਂ ਦਾ ਮੇਨ ਫੋਕਸ ਜਿਹੜਾ ਆਪਾਂ ਧਿਆਨ ਕਹਿ ਦਈਏ ਉਹ ਹੈਗਾ ਜੀ ਬਾਗਬਾਨੀ ਵਿਭਾਗ ਦੇ ਉੱਤੇ। ਜੇ ਆਪਾਂ ਫਸਲੀ ਵਿਭਿੰਨਤਾ ਲਿਆਉਣੀ ਆ ਤਾਂ ਆਪਾਂ ਨੂੰ ਕਣਕ ਝੋਨੇ ਤੋਂ ਹਟ ਕੇ ਬਾਗਾਂ ਵੱਲ, ਸਬਜ਼ੀਆਂ ਵੱਲ ਅਤੇ ਫੁੱਲਾਂ ਵੱਲ ਆਉਣਾ ਪੈਣਾ ਜੀ। ਅਤੇ ਜਿਵੇਂ ਕਿ ਹੁਣ ਅਰਬੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਅਰਬੀ ਲਗਾਓ ਅਤੇ ਆਪਣੇ ਬਾਗਬਾਨੀ ਵਿਭਾਗ ਤੋਂ ਬਣਦੀਆਂ ਸਹੂਲਤਾਂ ਲਓ ਅਤੇ ਆਪਦੀ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਪਾਣੀ ਬਚਾਓ ਅਤੇ ਆਪਦੀ ਆਮਦਨ ਵਿੱਚ ਵਾਧਾ ਕਰੋ।